ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਕੌਰ ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ ਦੇਸ਼ ਪਾਰ ਵਿੱਚ ਅੱਜ ਰਾਸ਼ਟਰੀ ਖੇਡ ਦਿਵਸ ਮਨਾਇਆ ਜਾ ਰਿਹਾ ਹੈ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਵਰਚੁਅਲ ਮਾਧਿਅਮ ਰਾਹੀਂ ਇੱਕ ਸਮਾਗਮ ਦੌਰਾਨ 74 ਖਿਡਾਰੀਆਂ ਨੂੰ ਰਾਸ਼ਟਰੀ ਖੇਡ ਪੁਰਸਕਾਰ ਨਾਲ ਕੀਤਾ ਸਨਮਾਨਿਤ ਪੰਜ ਖਿਡਾਰੀਆਂ ਨੂੰ ਰਜੀਵ ਗਾਂਧੀ ਖੇਡ ਰਤਨ ਤੇ 27 ਨੂੰ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਖੇਡ ਰਤਨ ਪੁਰਸਕਾਰ ਦੀ ਰਾਸ਼ੀ 7 ਲੱਖ 5000 ਤੋਂ ਵਧਾ ਕੇ 25 ਲੱਖ ਤੇ ਅਰਜੁਨ ਪੁਰਸਕਾਰ ਲਈ 5 ਲੱਖ ਤੋਂ 15 ਲੱਖ ਰੁਪਏ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਚਾਂਸੀ ਸhetraani Lakshmi Bai ਕੇਂਦਰੀ ਖੇਤੀਬਾੜੀ ਯੂਨੀਵਰਸਿਟੀ ਦੇ ਕਾਲਜ ਤੇ ਪ੍ਰਸ਼ਾਸਕੀ ਇਮਾਰਤ ਦਾ ਵੀਡੀਓ ਕਾਨਫਰencing ਰਾਹੀਂ ਉਦਘਾਟਨ ਕੀਤਾ। ਦੇਸ਼ ਵਿੱਚ ਕੋਵਿਡ-19 ਤੋਂ ਸਹਿਤਿਆਬ ਹੋਣ ਦੀ ਦਰ 76.47 ਤੱਕ ਪੁੱਜੀ। ਹੁਣ ਤੱਕ 26,48,998 ਮਰੀਜ਼ ਕਰੋਨਾ ਤੋਂ ਸਹਿਤਿਆਬ ਹੋਏ। ਮੌਤ ਦਰ ਕੱਟ ਕੇ 1.81% ਹੋਈ। ਕਰੋਨਾ ਪੁਸ਼ਟੀ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ 34,50,000 ਤੋਂ ਪਾਰ। ਤੇ ਜੰਮੂ ਕਸ਼ਮੀਰ ਦੇ ਪਲਵਾਮਾ ਵਿੱਚ ਸੁਰੱਖਿਆ ਦਸਿਆ ਨਾਲ ਹੋਏ ਮੁਕਾਬਲੇ ਵਿੱਚ 3 ਅਤਵਾਦੀ ਤੇ ਤੇ ਹੁਣ ਖਬਰਾਂ ਵਿਸਾਰ ਨਾਲ ਦੇਸ਼ ਭਾਰਵੀਚਾ ਅੱਜ ਰਾਸ਼ਟਰੀ ਖੇਡ ਦਿਵਸ ਮਨਾਇਆ ਜਾ ਰਿਹਾ ਹੈ ਇਹ ਦਿਨ ਹਾਕੀ ਦੇ ਜਾਦੂਗਰ ਖਿਡਾਰੀ ਮੇਜਰ ਧਿਆਨ ਚੰਦ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਇਸ ਮੌਕੇ ਤੇ ਇਸ ਮਹਾਨ ਖਿਡਾਰੀ ਨੂੰ ਸ਼ਰਧਾਂਜਲੀ ਪੇਟ ਕੀਤੀ ਜਾ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਸਿੱਧ ਹਾਕੀ ਖਿਡਾਰੀ ਧਿਆਨ ਚੰਦ ਨੂੰ ਸ਼ਰਧਾਂਜਲੀ ਪੇਟ ਕਰਦਿਆਂ ਕਿਹਾ ਹੈ ਕਿ ਹਾਕੀ ਵਿੱਚ ਉਸ ਵੱਲੋਂ ਪਾਏ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪ੍ਰਸਿੱਧ ਹਾਕੀ ਖਿਡਾਰੀ ਧਿਆਨ ਚੰਦ ਨੂੰ ਸ਼ਰਧਾਂਜਲੀ ਪੇਸ਼ ਕਰਦਿਆਂ ਕਿਹਾ ਕਿ ਉਸ ਦੇ ਹੱਥ ਵਿੱਚ ਹਾਕੀ ਦਾ ਜਾਦੂ ਸੀ ਤੇ ਉਸ ਨੇ ਵਿਸ਼ਵ ਪੱਧਰ ਤੇ ਇਸ ਦਾ ਪ੍ਰਦਰਸ਼ਨ ਕਰਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਇਸ ਮੌਕੇ ਕੇਂਦਰੀ ਖੇਡ ਮੰਤਰੀ ਕਿਰਨ ਰਜੀਜੂ ਨੇ ਵੀ ਮਹਾਨ ਹਾਕੀ 올ੰਪੀਅਨ ਧਿਆਨ ਚੰਦ ਨੂੰ ਸ਼ਰਧਾਂਜਲੀ ਪੇਸ਼ ਕਰਦਿਆਂ ਧਿਆਨ ਚੰਦ ਦੇ ਹਾਕੀ ਖੇਡ ਵਿੱਚ ਦਿਖਾਏ ਕਰਤਮਾ ਦੀ ਪ੍ਰਸ਼ੰਸਾ ਕੀਤੀ ਉਹਨਾਂ ਨੇ ਪੁਰਸਕਾਰ ਜਿੱਤਣ ਵਾਲੇ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ ਪ੍ਰਾਈਜ਼ ਮਨੀ ਫਾਰ ਦੀ ਸਪੋਰਟਸ ਅਵਾਰਡਸ ਐਂਡ ਐਸ ਵੈਲ ਐਸ ਦੀ Adventure, both we have decided to increase, and uh, sports we have already increased, and uh, adventure we will be increasing in a day or two. Khel Ratna is uh, 25 lakhs oh, okay. uh, now, Arjuna is 15 lakhs, oh. and Dronacharya lifetime is 15 lakhs, and Dronacharya regular is 10 lakhs, uh, Dhyanchan is 10 lakhs, and there are some other categories like uh, Rashtriya Khel Purushkar, uh, Pratsahan Purushkar. ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਦੇ ਰਾਸ਼ਟਰੀ ਖੇਡ ਦਿਵਸ ਸੰਬੰਧੀ ਸਮਾਗਮ ਵਿੱਚ ਵਰਚੁਅਲ ਮਾਧਿਅਮ ਰਾਹੀਂ ਰਾਸ਼ਟਰੀ ਖੇਡ ਪੁਰਸਕਾਰ ਪ੍ਰਦਾਨ ਕੀਤੇ ਇਸ ਸਮਾਗਮ ਵਿੱਚ 74 ਖਿਡਾਰੀਆਂ ਨੂੰ ਰਾਸ਼ਟਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿੱਚੋਂ 5 ਰਜੀਵ ਗਾਂਧੀ ਖੇਡ ਰਤਨ ਅਤੇ 27 ਖਿਡਾਰੀਆਂ ਨੂੰ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਖੇਡ ਰਤਨ ਪੁਰਸਕਾਰ ਦੀ ਰਾਸ਼ੀ 7 ਲੱਖ 5000 ਤੋਂ ਵਧਾ ਕੇ 25 ਲੱਖ ਰੁਪਏ ਤੇ ਅੱਜ ਦੇ ਪੁਰਸਕਾਰ ਲਈ ਇਹ ਰਾਸ਼ੀ 5 ਲੱਖ ਤੋਂ 15 ਲੱਖ ਰੁਪਏ ਕੀਤੀ ਗਈ ਹੈ। ਦੇਸ਼ ਦੇ ਵੱਖ-ਵੱਖ ਸ਼ਹਿਰਾਂ ਤੋਂ 60 ਖਿਡਾਰੀ ਇਸ ਪੁਰਸਕਾਰ ਸਮਾਗਮ ਵਿੱਚ ਵਰਚੁਅਲ ਮਾਧਿਅਮ ਰਾਹੀਂ ਸ਼ਾਮਿਲ ਹੋਏ। ਨਵੀਂ ਦਿੱਲੀ ਦੇ ਵਿਗਿਆਨ ਪਵਨ ਵਿੱਚ ਹੋਏ ਇਸ ਸਮਾਗਮ ਵਿੱਚ ਖੇਡ ਮੰਤਰੀ ਕਿਰਨ ਰਿਜੀਜੂ, ਭਾਰਤੀ 올림픽 ਐਸੋਸੀਏਸ਼ਨ ਦੇ ਪ੍ਰਧਾਨ ਤਰਫ ਬਤਰਾ ਅਤੇ ਹੋਰ ਕਈ ਮੰਨੀਆਂ ਪਰਮੰਨੀਆਂ ਸ਼ਖਸੀਅਤਾਂ ਨੇ ਹਿੱਸਾ ਲਿਆ। ਇਹ ਇਨਾਮ ਜੇਤੂ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਬੰਗਲੌਰੂ, ਪੁਣੇ, ਸੋਨੀਪਟ, ਚੰਡੀਗੜ੍ਹ, ਕੋਲਕਾਤਾ, ਲਖਨਊ, ਦਿੱਲੀ, ਮੁੰਬਈ, ਪੋਪਾਲ, ਹਾਈਦਰਾਬਾਦ ਅਤੇ ਈਟਾ ਨਗਰ ਤੋਂ ਵਰਚੁਅ ਇਸ ਮੌਕੇ ਕਿਡਾਰੀਆਂ ਨੂੰ ਸਨਮਾਨਿਤ ਕਰਨ ਤੋਂ ਬਾਅਦ ਸਮਾਗਮ ਵਿੱਚ ਬੋਲਦੇ ਹਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਖੇਡਾਂ ਅਤੇ ਖਿਡਾਰੀ ਦੇਸ਼ ਵਿੱਚ ਇੱਕ ਜੁਟਤਾ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਨੇ ਇਹ ਪੁਰਸਕਾਰ ਇਸ ਗੱਲ ਨੂੰ ਸਾਬਿਤ ਕਰਦੇ ਨੇ ਕਿ ਦੇਸ਼ ਵਿੱਚ ਖੇਡਾਂ ਤੇ ਖਿਡਾਰੀਆਂ ਲਈ ਵੱਡੇ ਮੌਕੇ ਨੇ ਰਾਸ਼ਟਰਪਤੀ ਨੇ ਮਹਿਲਾ ਖਿਡਾਰੀਆਂ ਦੇ ਯੋਗਦਾਨ ਲਈ ਵਿਸ਼ੇਸ਼ ਤੌਰ ਤੇ ਪ੍ਰਸ਼ੰਸਾ ਕੀਤੀ ਉਨ੍ਹਾਂ ਕਿਹਾ ਕਿ ਦੇਸ਼ ਦੇ ਪਿੰਡੂ ਇਲਾਕਿਆਂ ਵਿੱਚ ਖੇਡੀਆਂ ਜਾਣ ਵਾਲੀਆਂ ਖੇਡਾਂ ਕਬੱਡੀ ਤੇ ਖੋਖੋ ਵਿਸ਼ਵ ਪੱਧਰ ਤੇ ਹਰਮਨ ਪਿਆਰੀਆਂ ਹੋ ਰਹੀਆਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ चांसेस देते खिलाड़ी हमारे देशवासियों में एकजुटता की भावना को मजबूत बनाते हैं आप सभी खिलाड़ियों के पुरस्कार पाने के विषय में और आपकी सफलता के बारे में बहुत से लोग जान जाते हैं लेकिन बहुत कम लोग उस परिश्रम संघर्ष तथा आशा निराशा के अच्छे बुरे अनुभवों को समझ पाते हैं जिनसे गुजरते हुए आप सबने आपके प्रशिक्षकों परिवारजनों शुभ चंद्र ने अपनी मंजिल प्रधानमंत्री नरेंद्र मोदी ने आज झांसी स्थित रानी लक्ष्मीबाई केंद्रीय खेतीबाड़ी बाड़ी यूनिवर्सिटी के कॉलेज प्रशासकी इमारत का वीडियो कॉन्फ्रेंसिंग राय उद्घाटन किया ਇਹ ਸੰਸਥਾ ਬੁੰਦੇਲਖੰਡ ਖੇਤਰ ਦੀ ਮਹੱਤਵਪੂਰਨ ਸੰਸਥਾ ਹੈ। ਸਾਲ 2014-15 ਦੇ ਅਕਾਦਮਿਕ ਸੈਸ਼ਨ ਨਾਲ ਸ਼ੁਰੂ ਹੋਈ ਇਸ ਯੂਨੀਵਰਸਿਟੀ ਵਿੱਚ ਖੇਤੀਬਾੜੀ, ਬਾਗਬਾਨੀ ਤੇ ਜੰਗਲਾਤ ਸੰਬੰਧੀ ਵਿਸ਼ਿਆਂ ਬਾਰੇ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਦੇ ਕੋਰਸ ਕਰਾਏ ਜਾਂਦੇ ਨੇ। ਅੱਜ ਦੇ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਹਲਕੇ ਰੇਡੀਓ ਤੇ ਮਨ ਦੀ ਬਾਤ ਪ੍ਰੋਗਰਾਮ ਰਾਹੀਂ ਦੇਸ਼ ਦੇ ਲੋਕਾਂ ਨੂੰ ਸੰਬੋਧਨ ਕਰਨਗੇ। ਇਸ ਮਹੀਨਾਵਾਰ ਪ੍ਰੋਗਰਾਮ ਦੀ 8ਵੀਂ ਕੜੀ ਹੋਵੇਗੀ। ਮਨ ਦੀ ਬਾਤ ਪ੍ਰੋਗਰਾਮ ਆਕਾਸ਼ਵਾਣੀ ਦੇ ਨਾਲ-ਨਾਲ ਦੂਰਦਰਸ਼ਨ ਦੇ ਸਾਰੇ ਚੈਨਲਾਂ ਤੇ ਵੀ ਸਵੇਰੇ 11 ਵਜੇ ਪਰਸਾਰਿਤ ਕੀਤਾ ਜਾਂਦਾ ਏ ਇਸ ਪ੍ਰੋਗਰਾਮ ਰਾਹੀਂ ਪ੍ਰਧਾਨ ਮੰਤਰੀ ਜਿੱਥੇ ਆਪਣੀ ਸਰਕਾਰ ਦੇ ਪ੍ਰੋਗਰਾਮਾਂ ਲੋਕਾਂ ਵੱਲੋਂ ਕੀਤੇ ਗਏ ਚੰਗੇ ਕੰਮਾਂ ਅਤੇ ਦੇਸ਼ ਨੂੰ ਦਰਪੇਸ਼ ਚੁਣੌਤੀਆਂ ਦਾ ਜ਼ਿਕਰ ਕਰਦੇ ਨੇ ਉੱਥੇ ਲੋਕਾਂ ਦੇ ਸੁਝਾਵਾਂ ਨੂੰ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਕੀਤਾ ਜਾਂਦਾ ਏ ਕਈ ਲੋਕਾਂ ਨਾਲ ਉਹ ਸਿੱਧੀ ਗੱਲਬਾਤ ਵੀ ਕਰਦੇ ਨੇ ਜਿਸ ਦੇ ਚੱਲਦਿਆਂ ਮਨ ਦੀ ਬਾਤ ਪ੍ਰੋਗਰਾਮ ਵਧੇਰੇ ਹਰਮਨ ਪਿਆਰਾ ਹੋਇਆ ਏ ਮਨ ਕੀ ਬਾਤ ਪ੍ਰੋਗਰਾਮ ਦਾ ਪੰਜਾਬੀ ਰੁਪਾਂਤਰ ਡीडी ਪੰਜਾਬੀ ਤੇ ਪ੍ਰੋਗਰਾਮ ਦੇ ਸਿੱਧੇ ਪ੍ਰਸਾਰਣ ਤੋਂ ਤੁਰੰਤ ਬਾਅਦ ਅਤੇ ਇਸ ਦਾ ਮੁੜ ਪ੍ਰਸਾਰਣ ਉਸੇ ਦਿਨ ਰਾਤ 8 ਵਜੇ ਦੇਖਿਆ ਜਾ ਸਕੇਗਾ। ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਨੇ ਕਿਹਾ ਹੈ ਕਿ ਜਿਹੜੇ ਦੇਸ਼ ਅਤਵਾਦੀਆਂ ਨੂੰ ਪੈਦਾ ਕਰਕੇ ਦੂਸਰੇ ਦੇਸ਼ਾਂ ਵਿੱਚ ਭੇਜਦੇ ਨੇ ਉਹ ਆਪਣੇ ਆਪ ਨੂੰ ਅਤਵਾਦ ਦਾ ਸ਼ਿਕਾਰ ਦੱਸਦੇ ਨੇ। ਵਿਦੇਸ਼ ਮੰਤਰੀ ਨੇ ਕਿਹਾ ਕਿ ਅਤਵਾਦ ਤੇ ਖੌਫ ਪੈਦਾ ਕਰਨ ਵਾਲੀਆਂ ਇਮਾਰਤਾਂ ਨੂੰ ਵਿਸ਼ਵ ਪੱਧਰ ਤੇ ਉਪਰਾਲੇ ਕਰਕੇ ਬੰਦ ਕਰਾਉਣਾ ਚਾਹੀਦਾ ਹੈ। 19ਵੇਂ ਦਰਬਾਰੀ ਸੇਟ ਮੈਮੋਰੀਅਲ ਸੈਮੀਨਾਰ ਵਿੱਚ ਬੋਲਦਿਆਂ ਡਾਕਟਰ ਜੈ ਸ਼ੰਕਰ ਨੇ ਭਾਰਤ ਦੇ ਆਤਮ ਨਿਰਭਰਤੇ ਬਹੁਪੱਖੀ ਦ੍ਰਿਸ਼ਟੀਕੋਣ ਬਾਰੇ ਬੋਲਦਿਆਂ ਕਈ ਮਾਮਲੀਆ ਤੇ ਵਿਚਾਰ ਪੇਸ਼ ਕੀਤੇ। ਪਾਕਿਸਤਾਨ ਵੱਲ ਸਪਸ਼ਟ ਇਸ਼ਾਰਾ ਕਰਦਿਆਂ ਉਹਨਾਂ ਕਹਿਆ ਕਿ ਅਤਵਾਦ ਨੂੰ ਸ਼ੈ ਸਿਖਲਾਈ ਤੇ ਨਿਰਦੇਸ਼ ਦੇਣ ਵਾਲੇ ਇੱਕ پیچیدہ ਦੇਸ਼ ਨੂੰ ਅੰਤਰਰਾਸ਼ਟਰੀ ਦਬਾਅ ਕਾਰਨ ਅਤਵਾਦੀਆਂ ਤੇ ਹੋਰ ਜੁਰਾਇਮ ਪੇਸ਼ਾ ਨੇਤਾ ਦਾ ਦੇਸ਼ ਅੰਦਰ ਹੋਣਾ ਸਵੀਕਾਰ ਕਰਨਾ ਪਿਆ। ਪਾਕਿਸਤਾਨ ਨੇ ਪਿਛਲੇ ਹਫਤੇ ਇਹ ਮੰਨਿਆ ਹੈ के दाऊद इब्राहिम हाफिज सईद ते मसूद अजहर समेत 80 आत्मवादी पाकिस्तानविच ने आत्मवादों पेश चुनौतीबारी बोलते हैं अमित देशमत्री ने क्या किया आत्मवाद एक ऐसा कैंसर है जिसका असर हर एक ते पहनता ही है। largely held out. ਕੇਂਦਰੀ ਇਲੈਕਟ੍ਰੋਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕੱਲ ਨਵੀਂ ਦਿੱਲੀ ਵਿੱਚ ਦੇਸ਼ ਦੇ ਟਾਇਰ 2 ਸ਼ਹਿਰਾਂ ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰਦਿਆਂ ਸਟਾਰਟਅਪ ਅਤੇ ਸੌਫਟਵੇਅਰ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ਚੁਣੌਤੀ ਨੈਕਸਟ ਜਨਰੇਸ਼ਨ ਸਟਾਰਟਅਪ ਚੈਲੰਜ ਮੁਕਾਬਲੇ ਦੀ ਸ਼ੁਰੂਆਤ ਕੀਤੀ ਇਸ ਪ੍ਰੋਗਰਾਮ ਲਈ ਸਰਕਾਰ ਨੇ 3 ਸਾਲਾਂ ਵਿੱਚ 95 ਕਰੋੜ 3 ਲੱਖ ਰੁਪਏ ਦਾ ਬਜਟ ਰੱਖਿਆ ਹੈ। ਇਸ ਪ੍ਰੋਗਰਾਮ ਦਾ ਮੰਤਵ 300 ਸਟਾਰਟਅੱਪਸ ਕੰਮ ਦਾ ਪਤਾ ਲਗਾ ਕੇ ਉਹਨਾਂ ਨੂੰ 25 ਲੱਖ ਰੁਪਏ ਤੱਕ ਦੀ ਸ਼ੁਰੂਆਤੀ ਰਕਮ ਤੇ ਹੋਰ ਸਹੂਲਤਾਂ ਦੇਣਾ ਹੈ। ਇਸ ਚੁਣੌਤੀ ਮੁਕਾਬਲੇ ਤਹਿਤ ਇਲੈਕਟ੍ਰੋਨਿਕ ਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਹੇਠ ਕੰਮ ਕਰਨ ਵਾਲੇ ਉਹਨਾਂ ਲੋਕਾਂ ਨੂੰ ਸੱਦਾ ਦਿੱਤਾ ਜਾਵੇਗਾ ਜੋ ਸਿੱਖਿਆ, ਖੇਤੀਬਾੜੀ ਤੇ ਵਿੱਤੀ ਟੈਕਨੋਲੋਜੀ ਨਾਲ ਆਮ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰ ਸਕਣਗੇ। ਇਸੋ ਇਲਾਵਾ ਸਪਲਾਈ ਚੇਨ ਲੌਜਿਸਟਿਕਸ ਤੇ ਟ੍ਰਾਂਸਪੋਰਟੇਸ਼ਨ ਮੈਨੇਜਮੈਂਟ ਬੁਨਿਆਦੀ ਢਾਂਚੇ ਅਤੇ ਸਿਹਤ ਸੇਵਾਵਾਂ ਦੀ ਦੇਖਭਾਲ ਵਿੱਚ ਨੌਕਰੀਆਂ ਤੇ ਹੁਨਰ ਪੈਦਾ ਕਰਨ ਵਾਲੇ ਸਟਾਰਟਅੱਪ ਦੇ ਉਦਮੀਆਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ। ਦੇਸ਼ ਵਿੱਚ ਸੌਣੀ ਦੀਆਂ ਫਸਲਾਂ ਦੀ ਬਿਜਾਈ ਹੇਠ ਕੁੱਲ ਰਕਬੇ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਹੁਣ ਤੱਕ 1082.22 ਲੱਖ ਹੈਕਟੇਰ ਰਕਬੇ ਵਿੱਚ ਸੌਣੀ ਦੀਆਂ ਫਸਲਾਂ ਦੀ ਬਿਜਾਈ ਕੀਤੀ ਜਾ ਚੁੱਕੀ ਹੈ। ਇਸ ਤਰ੍ਹਾਂ ਸੌਣੀ ਫਸਲਾਂ ਦੀ ਬਿਜਾਈ ਰਕਬੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਵਿੱਚ 7.15% ਦਾ ਵਾਧਾ ਹੋਇਆ ਹੈ। ਪਿਛਲੇ ਸਾਲ ਈ 9.98 ਲੱਖ ਹੈਕਟੇਅਰ ਵਿੱਚ ਸੌਣੀ ਦੀਆਂ ਫਸਲਾਂ ਬੀਜੀਆਂ ਗਈਆਂ ਸਨ ਝੋਨੇ ਦੀ ਫਸਲ ਦੀ ਬਿਜਾਈ ਹੇਠ ਰਕਬੇ ਵਿੱਚ 10% ਦਾ ਵਾਅਦਾ ਦਰਜ ਕੀਤਾ ਗਿਆ ਏ ਜਦਕਿ ਤੇਲ ਬੀਜਾਂ ਦੀਆਂ ਫਸਲਾਂ ਵਿੱਚ 13% ਤੋਂ ਜ਼ਿਆਦਾ ਵਾਅਦਾ ਹੋਇਆ ਏ ਭਾਰਤ ਵਿੱਚ ਕਰੋਨਾ ਦੀ ਪੁਸ਼ਟੀ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ 34,63,972 ਤੇ ਪਹੁੰਚ ਗਈ ਹੈ ਬੀਤੇ ਦਿਨ ਦੇਸ਼ ਵਿੱਚ ਰਿਕਾਰਡ 76,472 ਨਵੇਂ ਕਰੋਨਾ ਮਾਮਲੇ ਸਾਹਮਣੇ ਆਏ ਇਸ ਸਮੇਂ ਦੌਰਾਨ 1021 ਕਰੋਨਾ ਮਰੀਜ਼ਾਂ ਦੀ ਮੌਤ ਹੋਈ ਜਿਸ ਨਾਲ ਹੁਣ ਤੱਕ ਇਸ ਮਹਾਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ 62550 ਤੱਕ ਪਹੁੰਚ ਗਈ ਹੈ ਕੇਂਦਰੀ ਸਿਹਤ ਮੰਤਰਾਲਾ ਅਨੁਸਾਰ ਕੇਂਦਰ ਸਰਕਾਰ ਦੀ ਟੈਸਟ ਟਰੈਕ ਤੇ ਟਰੀਟ ਨੀਤੀ ਕਰਕੇ ਕਰੋਨਾ ਤੋਂ ਸਿਹਤਯਾਬ ਹੋਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਮੌਤ ਦਰ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਮੰਤਰਾਲਾ ਨੇ ਦੱਸਿਆ ਕਿ ਪਿਛਲੇ 5 ਮਹੀਨਿਆਂ ਦੌਰਾਨ 3 ਚੌਥਾਈ ਕੋਵਿਡ ਮਰੀਜ਼ ਸਿਹਤਯਾਬ ਹੋਏ ਅਤੇ ਇਸ ਸਮੇਂ ਐਕਟਿਵ ਮਰੀਜ਼ਾਂ ਦੀ ਸੰਖਿਆ 1 ਚੌਥਾਈ ਤੋਂ ਵੀ ਘਟੇ ਭਾਰਤ ਵਿੱਚ ਹੁਣ ਤੱਕ 2648998 ਕਰੋਨਾ ਮਰੀ ਸਿਹਤਯਾਬ ਹੋ ਕੇ ਆਪਣੇ ਘਰ ਪਰਤੇ ਤੇ ਕਰੋਨਾ ਤੋਂ ਠੀਕ ਹੋਣ ਦੀ ਦਰ 76.47% ਤੱਕ ਪਹੁੰਚ ਗਈ ਹੈ। ਬੀਤੇ 24 ਘੰਟਿਆਂ ਦੌਰਾਨ ਭਾਰਤ ਵਿੱਚ 65050 ਕਰੋਨਾ ਮਰੀ ਸਿਹਤਯਾਬ ਹੋਏ ਉਹ ਦਰ ਕਰੋਨਾ ਦੀ ਮੌਤ ਦਰ ਵੀ 1.81% ਤੇ ਆ ਗਈ ਹੈ। ਪੰਜਾਬ ਵਿੱਚ ਕਰੋਨਾ ਦਾ ਕਹਿਰ جاری ਹੈ। ਸੂਬੇ ਦੇ ਸਿਹਤ ਵਿਭਾਗ ਦੇ ਤਾਜ਼ਾ ਅੰਕੜਿਆਂ ਅਨੁਸਾਰ ਸੂਬੇ ਵਿੱਚ ਕੋਵਿਡ-19 ਦੇ ਕੇਸਾਂ ਦੀ ਗਿਣਤੀ 49000 ਦਾ ਅੰਕੜਾ ਪਾਰ ਕਰ ਗਈ ਹੈ। ਮੈਕਮੇ ਵੱਲੋਂ جاری মিডিਆ ਬੁਲੇਟਿਨ ਮੁਤਾਬਕ ਬੀਤੇ ਦਿਨ ਸੂਬੇ ਵਿੱਚ ਮਹਾਮਾਰੀ ਦੇ 1555 ਕੋਵਿਡ-19 ਦੀ ਪੁਸ਼ਟੀ ਵਾਲੇ ਨਵੇਂ ਮਰੀਜ਼ ਸਾਹਮਣੇ ਆਏ। ਕਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 1307 ਹੋ ਗਈ ਹੈ। ਬੀਤੇ ਦਿਨ ਅਮਲਸਰ ਵਿੱਚ 12, ਜਲੰਧਰ ਵਿੱਚ 5, ਲੁਧਿਆਣਾ ਵਿੱਚ 11, ਫਾਜ਼ਿਲਕਾ, ਫਤਗੜ ਸਾਹਿਬ ਤੇ ਸੰਗਰੂਰ ਤੇ ਤਰਨਤਾਰਨ ਵਿੱਚ 2-2, ਬਠਿੰਡਾ, ਹੁਸ਼ਿਆਰਪੁਰ, ਕਪੂਰਥਲਾ ਤੇ ਮੁਹਾਲੀ ਵਿੱਚ ਇੱਕ-ਇੱਕ ਮਾਮਲਾ ਸਾਹਮਣੇ ਆਇਆ। ਮਾਨਸਾ ਵਿੱਚ ਦੋ ਨਵੇਂ ਮਰੀਜ਼ ਸਾਹਮਣੇ ਆਏ ਨੇ ਸਿਹਤ ਮੈਕਮੇ ਮੁਤਾਬਕ ਬੀਤੇ ਦਿਨ 2036 ਮਰੀਜ਼ਾਂ ਨੂੰ ਸਿਹਤਯਾਬ ਹੋਣ ਮਗਰੋਂ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਪੰਜਾਬ ਵਿੱਚ ਹੁਣ ਤੱਕ 33008 ਮਰੀਜ਼ ਸਿਹਤਯਾਬ ਹੋ ਚੁੱਕੇ ਨੇ ਜਿਨ੍ਹਾਂ ਦੇ 15063 ਇਲਾਜਾਦੀਨ ਨੇ ਹੁਣ ਤੱਕ ਸੂਬੇ ਵਿੱਚ ਕੁੱਲ ਮਾਮਲੇ ਦੀ ਗਿਣਤੀ 49378 ਹੋ ਗਈ ਹੈ ਤੇ ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਆਗਿਆ ਦਿਓ ਨਮਸਕਾਰ